ਬਈ ਰਿਮੋਟ ਕੰਟਰੋਲ ਦਾ ਆ ਜਿਵੇਂ ਹੁਣ ਵੱਡੇ ਗੇਟ ਨੇ ਵੀਰ ਮੇਰੇ ਜਵਾਕਾਂ ਨੂੰ ਲੇਡੀਜ਼ ਨੂੰ ਖੋਲਣ ਦੀ ਪ੍ਰੋਬਲਮ ਬਹੁਤ ਆ ਹੈਵੀ ਹੋ ਜਾਂਦੇ ਨੇ ਗੇਟ ਉਹ ਤਾਂ ਕਰਕੇ ਭਰਾ ਮਤਲਬ ਕਿ ਅਗਲਾ ਅੰਦਰੋਂ ਬੈਠੀ ਦੱਬ ਦਿੰਦਾਗਾ ਬਟਨ ਅੱਛਾ ਵੀ ਅੰਦਰੋਂ ਆਟੋਮੈਟਿਕ ਹੀ ਖੁੱਲ ਜਾਣਾ ਗੇਟ ਤੁਹਾਡਾ ਆਟੋਮੈਟਿਕ ਹਾਂ ਗੱਡੀ ਆਉਂਦੀ ਹੈ ਕੋਈ ਆਪਾਂ ਨੂੰ ਉੱਠ ਕੇ ਆਉਣ ਦੀ ਲੋੜ ਨਹੀਂ ਮਤਲਬ ਕਿ ਆਪ ਗੱਡੀ 'ਚ ਬੈਠੀ ਨੱਪ ਦੋ ਗੱਡੀ 'ਚ ਬੈਠੇ ਨੱਪ ਦੋ ਜਾਂ ਕਮਰੇ 'ਚ ਬੈਠੇ ਕਮਰੇ 'ਚ ਬੈਠੇ ਨੱਪ ਦੋ ਜੇ ਕੋਈ ਅਗਲਾ ਬਾਈ माल भी आ भी कई बार बच्चा जाके रोड़ा घसाउन लग जाता बई एदा उतरना नहीं रंग भी उतरदा कुछ भी नहीं हुंदा हां लोहे दी पत्ती आ भरा एदे नाल भी नहीं उतरदा रंग दा लै मित्रो कुछ भी नहीं हुंदा जिवें मर्जी कुछ मर्जी करी चले होना देख ये नॉर्मल आम बजट जिवें किसी ने नॉर्मल बजट लाके चलना होवे बई अच्छा नॉर्मल बजट दे विच हां जी हां जी नॉर्मल बजट दे विच स्टार्ट हो जांदे ने बई ठीक है जी एदी भी गारंटी आ बई शीट टुटण दी अच्छा खराब होण दी वीरे मतलब कोई कंप्लेंट नहीं हैगी इहदी ना जंगाल पवे इहनूं आम नॉर्मल बंदा आवे ला सकदा वीरे इहनूं कोठी जिवें आ चीज आ गई इह आम नॉर्मल 1000 रुपए तों वीरे स्टार्ट हो जांदा इहदे नाल दा गेट जी हवेली गेट बनी जाता कुल मिला के चलो जिस हिसाब गेट बनवा चाहिए इस टाइम शहर बरनाला दे विच खड़ा जी आ जिहड़ा रोड आ इह नानकसर रोड आ बरनाले दा ते इस टाइम मैं थोड़ी जी बहुत जिहड़ी आ मदद वाली वीडियो लैके आ थोड़ी बहुत मदद होगी वीडियो ते बहुत चंगी वीडियो आ बहुत जरूरी वीडियो आ क्योंकि जिहड़े नवें घर पाउंदे आ उहनां दी सब तों पहली जरूरत हुंदी आ घर पाउण तों बाद गेट लाउणा वी चंगा गेट लग जाए क्योंकि गेट जे माड़ा लग्गिया उहदा घर वी माड़ा लगण लग जांदा इस टाइम पंजाब प्राइम गेट साहिब दे खड़ा इह कोई आम गेट नहीं हैगे इक तां इहनां दी खासियत इह आ ਬਈ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਇੱਕ ਦੋ ਵੱਡੇ ਸ਼ਹਿਰਾਂ ਦੇ ਵਿੱਚ ਇਹ ਚੀਜ਼ਾਂ ਬਣਦੀਆਂ ਇਹ ਗੇਟ ਬਣਦੇ ਆ ਅਤੇ ਬਰਨਾਲੇ ਦੇ ਵਿੱਚ ਇਹ ਗੇਟ ਬਣਦੇ ਆ ਅਤੇ ਘੈਂਟ ਕੁਆਲਿਟੀ ਹੈ ਅਤੇ ਸਭ ਤੋਂ ਵੱਡੀ ਗੱਲ ਆ ਕਿ ਰਿਮੋਟ ਕੰਟਰੋਲ ਗੇਟ ਆ ਇਹ ਸਾਰੀ ਗੱਲਬਾਤ ਮੈਂ ਬਾਈ ਉਹਨਾਂ ਦੇ ਨਾਲ ਕਰਵਾਊਂਗਾ ਪਹਿਲਾਂ ਤਾਂ ਗੇਟਾਂ ਦੇ ਨਮੂਨੇ ਦੇਖ ਲਓ ਆ ਜਾ ਬਾਈ ਅਤੇ ਸਾਰੀ ਗੱਲਬਾਤ ਕਰਵਾਉਂਦੇ ਹਾਂ ਨੇੜੇ ਹੋ ਕੇ ਦਿਖਾ ਦੀ ਬਾਈ ਆਹ ਗੇਟ ਜਿਵੇਂ ਪਏ ਆ ਨਾ ਬਹੁਤ ਤਰ੍ਹਾਂ ਤਰ੍ਹਾਂ ਦੇ ਗੇਟ ਤੁਹਾਨੂੰ ਮਿਲਨੇ ਆ ਬਾਕੀ ਬਾਈ ਉਹਨਾਂ ਦੇ ਨਾਲ ਮੈਂ ਮਾਲਕ ਨਾਲ ਗੱਲ ਕਰਵਾਊਂਗਾ ਪੰਜਾਬ ਪ੍ਰਾਈਮ ਗੇਟਸ ਨਾਨਕਸਰ ਰੋਡ ਹਨਾ ਆਹ ਗੇਟਾਂ ਦੇ ਨਮੂਨੇ ਦਿਖਾ ਦੀ ਬਾਈ ਇਧਰਲੇ ਪਾਸੇ ਪਏ ਆ ਅਤੇ ਬਾਕੀ ਬਾਈ ਹੋਰੀ ਇੱਧਰਲੇ ਪਾਸੇ ਜੀ ਸਾਰੀ ਗੱਲ ਸਤਿ ਸ਼੍ਰੀ ਅਕਾਲ ਵੀਰੇ ਹੋਰ ਬਾਈ ਸਿੱਧਾ ਕਹਿਵਾਂ ਜੀ ਹਾਂਜੀ ਹਾਂਜੀ ਪਹਿਲਾਂ ਤਾਂ ਬਾਈ ਆਪਣਾ ਨਾਮ ਬੋਲ ਦਿਓ ਜੀ ਅਤੇ ਆਪਣੇ ਬਾਈ ਜੀ ਬਿਕਰਮਜੀਤ ਸਿੰਘ ਨਾਭਾ ਤੋਂ ਆਏ ਆ ਠੀਕ ਹੈ ਜੀ ਹਾਂਜੀ ਹਾਂਜੀ ਬਾਈ ਅਤੇ ਵੀਰੇ ਹਾਂਜੀ ਅਤੇ ਬਾਕੀ ਲੋਕੇਸ਼ਨ ਵਗੈਰਾ ਬਾਈ ਕੀ ਹੈ ਅਤੇ ਬਾਈ ਨਾਨਕਸਰ ਰੋਡ ਦੇ ਉੱਤੇ ਆਪਣੀ ਵਰਕਸ਼ਾਪ ਬਾਈ ਨਾਨਕਸਰ ਹਾਂਜੀ ਹਾਂਜੀ ਪੰਜਾਬ ਪ੍ਰਾਈਮ ਗੇਟਸ ਆਪਣਾ ਨਾਮ ਫਰਮ ਦਾ ਠੀਕ ਹੈ ਹਾਂਜੀ ਹਾਂਜੀ ਕਿੰਨਾ ਕੁ ਟਾਈਮ ਹੋ ਗਿਆ ਬਾਈ ਆਪਾਂ ਨੂੰ ਗੱਲ ਕਰਨ ਬਾਈ ਸ਼ੁਰੂ ਤੋਂ ਇਹੀ ਕੰਮ ਚੱਲ ਰਿਹਾ ਪ੍ਰਾਮ ਸ਼ੁਰੂ ਤੋਂ ਹੀ ਹਾਂਜੀ ਬਾਈ ਠੀਕ ਹੈ ਤੇ ਸ਼ੁਰੂ ਜਿਵੇਂ ਬਾਈ ਮੈਂ ਬੋਲਿਆ ਵੀ ਪੰਜਾਬ ਦੇ ਵਿੱਚ ਥੋੜੇ ਆ ਨਾ ਬਾਈ ਕੀ ਚੱਕਰ ਆ ਬਾਈ ਪ੍ਰੋਫਾਈਲ ਵਾਲੇ ਗੇਟਾਂ ਵਾਲੇ ਨੇ ਮੇਨ ਕੰਮ ਆ ਜਿਹੜਾ ਅਲਮੀਨੀਅਮ ਦਾ ਕੋਈ ਹਰੇਕ ਕਰ ਨਹੀਂ ਸਕਦਾ ਵੀ ਐਡਾ ਬਜਟ ਹੈ ਨਹੀਂ ਕਿਸੇ ਦਾ ਹਰੇਕ ਕਰ ਨਹੀਂ ਸਕਦਾ ਇਹ ਕੰਮ ਜੀ ਮੇਨ ਕੀ ਆ ਬਾਈ ਅਗਲਾ ਲਵਾਵ ਨਹੀਂ ਸਕਦਾ ਕੋਠੀਆਂ ਤੇ ਨਾਰਮਲ ਗੇਟ ਅਗਲਾ ਹਰੇਕ ਲਵਾਉਂਦਾ ਵਗੈਰਾ ਮਤਲਬ ਜਿਹੜੇ ਰਿਮੋਟ ਕੰਟਰੋਲ ਲੋਕ ਨੇ ਬਿਗੇਟ ਨੇ ਬਾਈ ਇਹ ਹਰੇਕ ਨਹੀਂ ਕੋਈ ਲਵਾਉਂਦਾ ਹੈਗਾ ਸਹੀ ਗੱਲ ਠੀਕ ਹੈ ਮਨ ਕਿ ਚਲੋ ਪੰਜਾਬ ਦੇ ਵਿੱਚ ਬਹੁਤ ਥੋੜੇ ਆ ਨਾ ਬਾਈ ਬਹੁਤ ਥੋੜੇ ਆ ਬਾਈ ਬਹੁਤ ਥੋੜੇ ਆ ਪੰਜਾਬ ਦੇ ਵਿੱਚ ਇਹ ਰਿਮੋਟ ਕੰਟਰੋਲ ਜਿਵੇਂ ਕਹਿੰਦੇ ਤੁਸੀਂ ਰਿਮੋਟ ਕੰਟਰੋਲ ਦਾ ਕੀ ਹਿਸਾਬ ਕਿਤਾਬ ਹੈ ਬਾਈ ਰਿਮੋਟ ਕੰਟਰੋਲ ਦਾ ਆ ਜਿਵੇਂ ਹੁਣ ਵੱਡੇ ਗੇਟ ਨੇ ਵੀਰ ਮੇਰੇ ਜਵਾਕਾਂ ਨੂੰ ਲੇਡੀਜ਼ ਨੂੰ ਖੋਲਣ ਦੀ ਪ੍ਰੋਬਲਮ ਬਹੁਤ ਆ ਹੈਵੀ ਹੋ ਜਾਂਦੇ ਨੇ ਗੇਟ ਜੀ ਉਹ ਤਾਂ ਕਰਕੇ ਭਰਾ ਮਤਲਬ ਕਿ ਅਗਲਾ ਅੰਦਰੋਂ ਬੈਠੀ ਦੱਬ ਦਿੰਦਾਗਾ ਬਟਨ ਅੱਛਾ ਵੀ ਅੰਦਰੋਂ ਉਵੇਂ ਖੁੱਲ ਜਾਣਾ ਆਟੋਮੈਟਿਕ ਹੀ ਖੁੱਲ ਜਾਣਾ ਗੇਟ ਤੁਹਾਡਾ ਆਟੋਮੈਟਿਕ ਹਾਂ ਗੱਡੀ ਆਉਂਦੀ ਹੈ ਕੋਈ ਆਪਾਂ ਨੂੰ ਉੱਠ ਕੇ ਆਉਣ ਦੀ ਲੋੜ ਨਹੀਂ ਮਤਲਬ ਕਿ ਆਪ ਗੱਡੀ 'ਚ ਬੈਠੀ ਨੱਪ ਦੋ ਗੱਡੀ 'ਚ ਬੈਠੇ ਨੱਪ ਦੋ ਜਾਂ ਕਮਰੇ 'ਚ ਬੈਠੇ ਕਮਰੇ 'ਚ ਬੈਠੇ ਨੱਪ ਦੋ ਆਪਾਂ ਨੂੰ ਆਪਣਾ ਬੰਦੇ ਦਾ ਪਤਾ ਹੋਣਾ ਚਾਹੀਦਾ ਵੀ ਆਪਣਾ ਬੰਦਾ ਆਪਾਂ ਉਹਦੀ ਦੱਬ ਦੋ ਅੰਦਰੋਂ ਆਪਾਂ ਗੇਟ ਖੁੱਲ ਜਾਣਾ ਬਾਈ ਠੀਕ ਹੈ ਹਾਂ ਤੇ ਇਹ ਰਿਮੋਟ ਕੰਟਰੋਲ ਵਾਲੇ ਇਹ ਸਾਰੇ ਰਿਮੋਟ ਕੰਟਰੋਲ ਵਾਲੇ ਹੁੰਦੇ ਜਾਂ ਸੈਂਪਲ ਵੀ ਹੁੰਦੇ ਬਾਈ ਸੈਂਪਲ ਵੀ ਕਰਾ ਸਕਦੇ ਆ ਮੈਨੂਅਲ ਵੀ ਬਿਨਾਂ ਰਿਮੋਟ ਤੋਂ ਵੀ ਹੋ ਜਾਊਗਾ ਬਾਈ ਇਹ ਜਿਵੇਂ ਸੈਂਪਲ ਡੋਰ ਤੇ ਉਹ ਲੱਗ ਜਾਂਦਾ ਹਾਂਜੀ ਹਾਂਜੀ ਸੈਂਪਲ ਤੋਂ ਹਾਂ ਲੱਗ ਜਾਊਗਾ ਠੀਕ ਹੈ ਬਾਈ ਹਾਂਜੀ ਤੇ ਇਹ ਬਾਈ ਕੁਆਲਿਟੀ ਬਾਈ ਕਿਵੇਂ ਕੀ ਹਿਸਾਬ ਕਿਤਾਬ ਦੀ ਕੁਆਲਿਟੀ ਬਾਈ ਕੁਆਲਿਟੀ ਦਾ ਇੱਕਣਾ ਇਹਦਾ ਇੱਕ ਵਾਰੀ ਇਹ ਪਾਊਡਰ ਕੋਟਿੰਗ ਹੁੰਦੀ ਹੈ ਇਹਨੂੰ ਪੱਠੀ ਪੇਂਟ ਕਹਿੰਦੇ ਆਪਾਂ ਇਹਨੂੰ ਠੀਕ ਹੈ ਆਊਟ ਲੁੱਕ ਇਹਦੀ ਹੁੰਦੀ ਹੈ ਬਾਈ ਸਟੀਲ ਦੀ ਹੁੰਦੀ ਹੈ ਸਾਰੀ ਜੀ ਬਾਈ ਤੇ ਜਿੱਦਾਂ ਵੀਰੇ ਵਿੱਚ ਹੁੰਦਾ ਇਹਦੇ ਅਲਮੀਨੀਅਮ ਦੀ ਪ੍ਰੋਫਾਈਲ ਆ ਜਾਂਦੀ ਹੈ ਅਲਮੀਨੀਅਮ ਪ੍ਰੋਫਾਈਲਾਂ ਬੋਲਦੇ ਆ ਬਾਈ ਇਹ ਅਲਮੀਨੀਅਮ ਪ੍ਰੋਫਾਈਲ ਇਹਨੂੰ ਕਹਿੰਦੇ ਅਲਮੀਨੀਅਮ ਹਾਂਜੀ ਅਲਮੀਨੀਅਮ ਪ੍ਰੋਫਾਈਲ ਬੋਲਦੇ ਆ ਬਾਈ ਠੀਕ ਆ ਬਾਈ ਇਹਦੀ ਗਾਰੰਟੀ ਆ ਵੀਰੇ ਇੱਕ ਵਾਰ ਰੰਗ ਕਰਾ ਕੇ 15 ਸਾਲ ਦੀ ਗਾਰੰਟੀ ਆ ਵੀਰ ਮੇਰੇ 15 ਸਾਲ ਹਾਂਜੀ ਇਹ ਉਤਰਦਾ ਨਹੀਂਗਾ ਰੰਗ ਅੱਛਾ ਇਹ ਉਤਰਦਾ ਜੇ ਖੁਰਚੇ ਤੇ ਵੀ ਨਹੀਂ ਉਤਰਦਾ ਦੇਖੋ ਬਾਈ ਆ ਜਾ ਬਈ ਨੇੜੇ ਹੋ ਕੇ ਦਿਖਾਓ ਜੇ ਕੋਈ ਅਗਲਾ ਬਾਈ ਮਾਲ ਵੀ ਆ ਵੀ ਕਈ ਵਾਰ ਬੱਚਾ ਜਾ ਕੇ ਰੋੜਾ ਘਸਾਉਣ ਲੱਗ ਜਾਂਦਾ ਬਾਈ ਇਹਦਾ ਉਤਰਨਾ ਨਹੀਂ ਰੰਗ ਵੀ ਨਹੀਂ ਉਤਰਦਾ ਕੁਝ ਵੀ ਨਹੀਂ ਹੁੰਦਾ ਹਾਂ ਲੋਹੇ ਦੀ ਪੱਤੀ ਆ ਭਰਾ ਇਹਦੇ ਨਾਲ ਵੀ ਨਹੀਂ ਉਤਰਦਾ ਰੰਗ ਦਾ ਲੈ ਮਿੱਤਰੋ ਕੁਝ ਵੀ ਨਹੀਂ ਹੁੰਦਾ ਜਿਵੇਂ ਮਰਜ਼ੀ ਕਰੀ ਚੱਲੇ ਹੋਣਾ ਆ 15 ਸਾਲ ਦੀ ਗਾਰੰਟੀ ਆ ਬਾਈ ਉਹ ਹੋ ਜਾਊਗਾ ਮਾੜਾ ਰੰਗ ਲੱਗ ਜਾਊਗਾ ਜਾਂ ਚੜ ਨਹੀਂ ਰੰਗ ਨਹੀਂ ਹੁੰਦਾ ਬਾਈ ਇਹ ਜੰਗਾਲ ਹੈ ਜਿਹੜੀ ਜੰਗਾਲ ਲੱਗ ਗਿਆ ਨਾ ਇਹ ਐਂ ਸਾਫ਼ ਹੋ ਜਾਊਗਾ ਨਾ ਬਸ ਕੁਝ ਵੀ ਨਹੀਂ ਹੁੰਦਾ ਜੀ ਤੇ ਇਹ ਕੁਆਲਿਟੀ ਆ ਮਿੱਤਰੋ ਇੱਥੇ ਤੇ ਬਰਨਾਲੇ ਦੇ ਵਿੱਚ ਖੜੇ ਆ ਤੇ ਬਹੁਤ ਘੈਂਟ ਬਾਈ ਉਹਨਾਂ ਦੀ ਕੁਆਲਿਟੀ ਆ ਇਹਦੀ ਕੁਆਲਿਟੀ ਤੁਹਾਨੂੰ ਹੋਰ ਕਿਤੇ ਨਹੀਂ ਲੱਭਣੀ ਤੇ ਮੇਨ ਗੱਲ ਕਰੀਏ ਬਾਈ ਹੁਣ ਮੰਨ ਕੇ ਚਲੋ ਬੰਦਾ
ਬੈਠਾ ਕਿਤੇ ਵੀ ਹੋਵੇ ਨਾ ਹਾਂਜੀ ਹਾਂਜੀ ਬਾਹਰ ਬੈਠਾ ਜਾਂ ਕੋਈ ਹੋਰ ਸ਼ਹਿਰ ਦੇ ਵਿੱਚ ਪੰਜਾਬ ਦੇ ਵਿੱਚ ਆਉਣਾ ਔਖਾ ਹਾਂਜੀ ਪਹਿਲਾਂ ਤਾਂ ਆਪਾਂ ਇਹੀ ਕਹਿੰਦੇ ਦਰਸ਼ਕਾਂ ਨੂੰ ਵੀ ਆ ਕੇ ਕਹਿੰਦਾ ਕੁਆਲਿਟੀ ਚੈੱਕ ਕਰੋ ਨਾ ਬਿਲਕੁਲ ਬਿਲਕੁਲ ਤੇ ਜੇ ਕਈ ਵਾਰੀ ਬੰਦਾ ਬਈ ਉਸ ਹਿਸਾਬ ਨਾਲ ਹੁਣ ਆਪਾਂ ਵੀਡੀਓ ਦੇ ਵਿੱਚ ਦਿਖਾਤਾ ਅਗਲੇ ਵੇਲੇ ਇੰਨਾ ਕੁ ਭਰੋਸਾ ਹੋ ਜਾਂਦਾ ਯਾਰ ਬਈ ਲਵਾਉਣਾ ਤਾਂ ਇਹਨਾਂ ਤੋਂ ਹੀ ਲਵਾਉਣਾ ਹੋਰ ਕਿਤੋਂ ਲਵਾਉਣਾ ਨਹੀਂ ਹਾਂਜੀ ਹਾਂਜੀ ਤੇ ਉਹ ਡਿਲੀਵਰੀ ਵਾਲਾ ਹੈਗਾ ਆਪਣਾ ਸਿਸਟਮ ਬਈ ਡਿਲੀਵਰੀ ਵਗੈਰਾ ਸਾਰਾ ਕੁਝ ਇਨਕਲੂਡ ਦੇਣੇ ਆ ਬਈ ਵਿੱਚ ਠੀਕ ਆ ਹਾਂਜੀ ਡਿਲੀਵਰੀ ਸਾਰਾ ਵਿੱਚ ਹੀ ਹੁੰਦਾ ਇਨਕਲੂਡ ਬਈ ਸਾਰਾ ਕੁਝ ਲਾ ਕੇ ਫਿਟਿੰਗ ਵੀ ਆਪ ਕਰਕੇ ਆਉਣੇ ਆ ਬਈ ਫਿਟਿੰਗ ਵੀ ਬਾਈ ਹੋਰੀ ਆਪ ਕਰਕੇ ਆਉਂਦੇ ਆ ਬਸ ਤੁਸੀਂ ਇਕੱਲਾ ਫੋਨ ਕਰਨਾ ਐਡਰੈਸ ਭੇਜਣਾ ਤੁਹਾਡੇ ਘਰੇ ਪਹੁੰਚ ਜਾਣਗੇ ਨਾ ਪਹੁੰਚ ਜਾਣਗੇ ਬਈ ਜੀ ਬਾਈ ਤੇ ਰੇਟ ਵਗੈਰਾ ਦੀ ਗੱਲ ਕਰੀਏ ਬਈ ਕੀ ਹਿਸਾਬ ਕਿਤਾਬ ਨਾਲ ਆਪਾਂ ਜੀ ਆਮ ਨਾਰਮਲ ਜਿੱਦਾਂ ਜੀ ਗੇਟ ਆ ਮੰਨ ਕੇ ਚਲੋ ਵੀ 800 ਰੁਪਏ ਫੁੱਟ ਤੋਂ ਸ਼ੁਰੂ ਹੋ ਜਾਂਦੇ ਨੇ ਵੀਰ ਜੀ ਆਪਣੇ ਲਵੇ 1700 ਰੁਪਏ ਫਿੱਟ ਤੱਕ ਪਿਆ ਜਿਹੋ ਜਿਹਾ ਕਸਟਮਰ ਡਿਸਾਈਡ ਕਰਦਾ ਜੀ ਠੀਕ ਆ ਉਹ ਮਾੜੇ ਜਿਹਾ ਬਾਹਰਲੇ ਨੇ ਦੱਸੋ ਕੀ ਸਿਸਟਮ ਆ ਆਇਓ ਜਿਵੇਂ ਬਾਹਰਲੇ ਪਾਸੇ ਸਿੰਪਲ ਡਿਜ਼ਾਈਨ ਜਿਹੜੇ ਉਹ ਜਿਹੜੇ ਦੱਸੇ ਹੋਏ ਆ ਇਧਰਲੇ ਪਾਸੇ ਬਈ ਹਾਂ ਉਹਦੇ ਪਾਸੇ ਤੁਹਾਨੂੰ ਰੇਟਾਂ ਬਾਰੇ ਦੱਸਦੇ ਆ ਤੇ ਬਾਕੀ ਬਈ ਏ ਟੂ ਜ਼ੈਡ ਆ ਜਿਹੜੇ ਹਨਾ ਤੁਹਾਨੂੰ ਫੈਸਿਲਿਟੀਆਂ ਇੱਥੇ ਮਿਲ ਜਾਣਗੀਆਂ ਬਸ ਤੁਸੀਂ ਫੋਨ ਕਰਕੇ ਗੱਲਬਾਤ ਕਰ ਲਿਓ ਤੇ ਆ ਜਿਵੇਂ ਆਹ ਗੇਟ ਆ ਗਿਆ ਜੀ ਇਹ ਨਾਰਮਲ ਆਪਾਂ ਵੱਡੀਆਂ ਕੋਠੀਆਂ ਦੇ ਵਿੱਚ ਆਮ ਦੇਖਿਆ ਇਹ ਨਾਰਮਲ ਆਮ ਬਜਟ ਜਿਵੇਂ ਜੇ ਕਿਸੇ ਨੇ ਨਾਰਮਲ ਬਜਟ ਲਾ ਕੇ ਚੱਲਣਾ ਹੋਵੇ ਬਾਈ ਅੱਛਾ ਨਾਰਮਲ ਬਜਟ ਦੇ ਵਿੱਚ ਹਾਂਜੀ ਨਾਰਮਲ ਬਜਟ ਦੇ ਵਿੱਚ ਸਟਾਰਟ ਹੋ ਜਾਂਦੇ ਨੇ ਬਾਈ ਠੀਕ ਹੈ ਜੀ ਇਹਦੀ ਵੀ ਗਾਰੰਟੀ ਆ ਬਾਈ ਸ਼ੀਟ ਟੁੱਟਣ ਦੀ ਅੱਛਾ ਖਰਾਬ ਹੋਣ ਦੀ ਵੀਰੇ ਮਤਲਬ ਕੋਈ ਕੰਪਲੇਂਟ ਨਹੀਂ ਹੈਗੀ ਇਹਦੀ ਨਾ ਜੰਗਾਲ ਪਵੇ ਇਹਨੂੰ ਆਮ ਨਾਰਮਲ ਬੰਦਾ ਆਪੇ ਲਾ ਸਕਦਾ ਵੀਰੇ ਇਹਨੂੰ ਕੋਠੀ ਨੂੰ ਇਹ ਲੱਕੜ ਦਾ ਬਾਈ ਉੱਪਰੋਂ ਵੀਰੇ ਲੱਕੜ ਸ਼ੇਡ ਆ ਵੁਡਨ ਸ਼ੇਡ ਹੋ ਜਾਂਦੀ ਹੈ ਸ਼ੀਟ ਐਲੂਮੀਨੀਅਮ ਦੀ ਵੁਡਨ ਸ਼ੇਡ ਆ ਤੇ ਸ਼ੀਟ ਅੱਛਾ ਉੱਪਰ ਵੁਡਨ ਥੋੜੀ ਜਿਹੀ ਲੱਗੀ ਹੋਈ ਆ ਹਾਂਜੀ ਹਾਂਜੀ ਅੰਦਰੋਂ ਸਾਰੀ ਐਲੂਮੀਨੀਅਮ ਦੀ ਬਿਲਕੁਲ ਬਾਈ ਬਿਲਕੁਲ ਉੱਪਰ ਸਟੀਲ ਲੱਗੀ ਆ ਸਾਰੀ ਭਰਾ ਬਹੁਤ ਸੋਹਣਾ ਡਿਜ਼ਾਈਨ ਆ ਬਾਈ ਤੇ ਕੀ ਬਾਈ ਕਿੰਨੇ ਕਿੱਥੇ ਤੋਂ ਸਟਾਰਟਿੰਗ ਵਗੈਰਾ ਹੋ ਜਾਂਦੀ ਬਾਈ ਆਮ 10 ਫੁੱਟਾ 10 ਬਾਈ 7 ਦਾ ਗੇਟ ਜਿੱਦਾਂ ਨਾਰਮਲ 30,000 ਦਾ ਸਟਾਰਟ ਹੋ ਜਾਂਦਾ ਬਾਈ ਇਹ 30,000 ਤੋਂ ਸਟਾਰਟ ਹੋ ਹਾਂ ਜੀ ਠੀਕ ਆ ਇਹ ਬਾਈ ਸੋਹਣਾ ਵੀ ਬਹੁਤ ਲੱਗਦਾ ਨਾ ਲੱਗਿਆ ਘਰੇ ਤੇ ਬਹੁਤ ਘੈਂਟ ਗੱਲ ਬਾਤ ਫੈਸ਼ਨ ਚੀਜ਼ ਆ ਬਾਈ ਨਾਲੇ ਜੀ ਤੇ ਆ ਸਾਰਾ ਬਾਈ ਐਲੂਮੀਨੀਅਮ ਹਾਂ ਜੀ ਹਾਂਜੀ ਐਲੂਮੀਨੀਅਮ ਪ੍ਰੋਫਾਈਲ ਵਾਲੇ ਆ ਗਏ ਬਾਈ ਗੇਟ ਜੀ ਬਾਈ ਤੇ ਇਹ ਇਸ ਚੀਜ਼ ਦੇ ਵਿੱਚ ਜਿਵੇਂ ਆਹ ਚੀਜ਼ ਦੇ ਵਿੱਚ ਗੇਟ ਬਣਵਾਉਣਾ ਹੋਵੇ ਇਹਦੇ ਵਿੱਚ ਕੀ ਸਿਸਟਮ ਹੋਵੇ ਇਹ ਤਕਰੀਬਨ ਵੀਰੇ ਜੀ ਆਹ ਹੈ ਜਿਵੇਂ ਇਹ ਤਾਂ ਲੇਜ਼ਰ ਕਟਿੰਗ ਪਾਈ ਜਾਂਦੀ ਆ ਹੈਂਡਲ ਸਟੀਲ ਦੇ ਹੋ ਜਾਂਦੇ ਨੇ ਬਾਈ ਸਾਰਾ ਕੁਝ ਮਤਲਬ ਕਿ ਇਹਦੀ ਗਾਰੰਟੀ ਇਹਦੀ ਵੀ ਓਪਨ ਆ ਬਾਈ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਖੁਰਚ ਕੇ ਦੱਸਿਆ ਵੀ ਇਹਦਾ ਰੰਗ ਇਹਦਾ ਵੀ ਨਹੀਂ ਖਰਾਬ ਹੁੰਦਾ ਇਹਦਾ ਵੀ ਨਹੀਂ ਕੁਝ ਹਾਂਜੀ ਐਲੂਮੀਨੀਅਮ ਪ੍ਰੋਫਾਈਲ ਵਾਲਾ ਗੇਟ ਆ ਜੀ ਇਹ ਗਾਰੰਟੀ ਵਾਲਾ ਗਾਰੰਟੀ ਵਾਲਾ ਸੀ ਦਾ ਸਾਰੀ ਆਊਟਲੁੱਕ ਸਟੀਲ ਦੀ ਲੱਗਦੀ ਆ ਬਾਈ ਇਹਦੀ ਠੀਕ ਆ ਹਾਂਜੀ ਹਾਂਜੀ ਮਿੱਤਰੋ ਆ ਦੇਖੋ ਤੁਸੀਂ ਇਧਰਲੇ ਪਾਸੇ ਆ ਉਹੀ ਚੀਜ਼ ਆ ਗਈ ਬਾਈ ਇਹ ਸਾਰੇ ਅਲੱਗ ਅਲੱਗ ਡਿਜ਼ਾਈਨਿੰਗ ਆ ਵੀਰ ਜੀ ਇਹ ਅਲੱਗ ਅਲੱਗ ਡਿਜ਼ਾਈਨਿੰਗ ਇਹ ਚੀਜ਼ ਉਹੀ ਆ ਗਈ ਚੀਜ਼ ਉਹੀ ਆ ਰੇਟ ਵੀ ਉਹੀ ਹੋਊਗਾ ਇਹਨਾਂ ਦਾ ਰਿਲੇਟਡ ਵੀ ਅਲੱਗ ਅਲੱਗ ਆ ਬਾਈ ਇਹਨਾਂ ਦਾ ਜੀ ਠੀਕ ਆ ਆ ਜਿਵੇਂ ਆ ਚੀਜ਼ ਆ ਗਈ ਇਹ ਆਮ ਨਾਰਮਲ 1000 ਰੁਪਏ ਤੋਂ ਵੀਰੇ ਸਟਾਰਟ ਹੋ ਜਾਂਦਾ ਇਹਦੇ ਨਾਲ ਦਾ ਗੇਟ ਜੀ 1000 ਰੁਪਏ ਤੋਂ ਹਾਂਜੀ ਹਾਂਜੀ ਬਾਈ ਠੀਕ ਕੰਗੀ ਵਾਲਾ ਗੇਟ ਬੋਲਦੇ ਆ ਬਾਈ ਇਹਨੂੰ ਲੇਟੈਸਟ ਡਿਜ਼ਾਈਨ ਇਹੀ ਹੈ ਜੀ ਠੀਕ ਆ ਲੇਟੈਸਟ ਡਿਜ਼ਾਈਨ ਆ ਬਾਈ ਤੇ ਡਿਜ਼ਾਈਨ ਦੇਖਣ ਦੀ ਵੀ ਤੁਹਾਨੂੰ ਬਹੁਤ ਲਗਜ਼ਰੀ ਲੱਗੂਗਾ ਨਾ ਹਾਂਜੀ ਹਾਂਜੀ ਬਹੁਤ ਸੋਹਣਾ ਡਿਜ਼ਾਈਨ ਆ ਤੇ ਘਰ ਦੇ ਥੋੜੇ ਦੇ ਨਾ ਘਰ ਦੀ ਬਿਊਟੀ ਨੂੰ ਹੋਰ ਇੰਗੇਜ ਕਰੂਗਾ ਨਾਲ ਆਪਾਂ ਹਵੇਲੀਆਂ ਦੇ ਵੀ ਗੇਟ ਬਣਾਉਣੇ ਆ ਜੀ ਹਾਂਜੀ ਵੀਰੇ ਹਵੇਲੀਆਂ ਦੇ ਵੀ ਗੇਟ ਬਣਦੇ ਨੇ ਹਵੇਲੀਆਂ ਦੇ ਹੀ ਬਣ ਜਾਂਦੇ ਹਾਂਜੀ ਹਾਂਜੀ ਹਵੇਲੀਆਂ ਦਾ ਡਿਜ਼ਾਈਨ ਕੁਝ ਵੱਖਰਾ ਹੁੰਦਾ ਉਹ ਅੰਦਰ ਹਾਂਜੀ ਬਾਈ ਜਿਵੇਂ ਆ ਬਈ ਆ ਡਿਜ਼ਾਈਨ ਪਿਆ ਇਹ ਇਹਦਾ ਕੀ ਸਿਸਟਮ ਹੁੰਦਾ ਇਹਦਾ ਵੀ ਰੇਟ ਆਪਾਂ ਦੱਸ ਹੀ ਦਈਏ ਦਰਸ਼ਕਾਂ ਨੂੰ ਨਾ ਬਾਈ ਇਹ 1500 ਰੁਪਏ ਫੁੱਟ ਵਾਲਾ ਗੇਟ ਆ ਜੀ 1500 ਰੁਪਏ ਹਾਂਜੀ ਤੇ ਗਾਰੰਟੀ ਸਾਰਿਆਂ ਦੀ ਫੁੱਲ ਸੇਮ ਆ ਬਾਈ ਸਾਰੇ ਟੁੱਟਣ ਭੱਜਣ ਦੀ ਗੱਲ ਪਾਣ ਸਾਰੀ ਗਾਰੰਟੀ ਆ ਬਾਈ ਹਾਂ ਗਾਰੰਟੀ ਬਾਈ 15 ਸਾਲ ਦੀ ਗਾਰੰਟੀ ਹੁੰਦੀ ਟੁੱਟਣ ਭੱਜਣ ਦੀ ਤੇ ਵੈਸੇ ਤਾਂ ਕੋਈ ਹੁੰਦਾ ਹੀ ਨਹੀਂ ਨਾ ਬਾਈ ਹਾਂਜੀ ਹਵੇਲੀ ਉਹ ਹਵੇਲੀ ਦਾ ਬਣੀ ਜਾਂਦਾ ਹਾਂਜੀ ਹਾਂਜੀ ਬਾਈ ਲੈ ਮਿੱਤਰੋ ਹਵੇਲੀ ਦਾ ਬਾਈ ਸਿੱਧੂ ਮੂਸੇ ਵਾਲੇ ਦੇ ਜਿਵੇਂ ਟ੍ਰੈਂਡ ਤੋਰਿਆ ਬਾਈ ਦੁਬਾਰਾ ਹਵੇਲੀ ਦੇ ਪੁਰਾਣੇ ਗੇਟ ਓਲਡ ਮਾਡਲ ਚ ਬਣਨ ਲੱਗ ਗਏ ਉਹ ਲੋਕ ਬਣਾਉਣ ਲੱਗ ਗਏ ਹੁਣ ਦੁਬਾਰਾ ਚੱਲ ਪਿਆ ਬਾਈ ਟ੍ਰੈਂਡ ਉਹ ਦੁਬਾਰਾ ਚੱਲ ਅੱਜ ਮੈਂ ਬਾਈ ਹਵੇਲੀ ਦਾ ਗੇਟ ਬਣੀ ਜਾਂਦਾ ਕੁੱਲ ਮਿਲਾ ਕੇ ਚਲੋ ਜਿਸ ਹਿਸਾਬ ਨਾਲ ਤੁਹਾਡਾ ਘਰ ਆ ਉਸ ਹਿਸਾਬ ਨਾਲ ਤੁਸੀਂ ਗੇਟ ਬਣਵਾ ਸਕਦੇ ਜਿਹੋ ਜਿਹੀ ਚਾਹੀਦੀ ਆਰਡਰ ਤੇ ਬਣ ਜਾਂਦਾ ਬਾਈ ਆਰਡਰ ਤੇ ਬਾਈ ਆਰਡਰ ਤੇ ਜਿਹੋ ਜਿਹਾ ਬੰਦਾ ਕਹੇ ਹਾਂਜੀ ਹਾਂਜੀ ਕਸਟਮਰ ਦੀ ਚੁਆਇਸ ਆ ਬਾਈ ਜਿਹੋ ਜਿਹਾ ਸਿਲੈਕਟ ਇਧਰਲੇ ਪਾਸੇ ਦਿਖਾ ਦਈ ਬਾਈ ਇਧਰਲੇ ਪਾਸੇ ਬੰਦੇ ਕੰਮ ਕਰਨ ਵੀ ਲੱਗੇ ਹੋਏ ਆ ਵਰਕਸ਼ਾਪ ਦੇ ਵਿੱਚ ਆ ਦੇਖੋ ਇਧਰ ਵੀ ਹਵੇਲੀ ਵਾਲੀ ਤਿਆਰ ਹੋ ਰਹੇ ਨੇ ਬਾਈ ਇਧਰਲੇ ਪਾਸੇ ਹਵੇਲੀ ਦਾ ਜਿਹੜਾ ਫਰੇਮ ਬਣਿਆ ਪਿਆ ਜੀ ਗੇਟ ਦਾ ਤੇ ਇਧਰਲੇ ਪਾਸੇ ਸ਼ੀਟ ਲੱਗ ਚੁੱਕੀ ਹੈ ਨਾ ਜੀ ਵਿੱਚ ਹਾਂਜੀ ਹਾਂਜੀ ਰੈਡੀ ਹੋ ਰਿਹਾ ਬਾਈ ਹਵੇਲੀ ਰੈਡੀ ਹੋ ਰਿਹਾ ਤੇ ਇਹ ਬਹੁਤ ਸੋਹਣਾ ਗੇਟ ਬਣੂਗਾ ਜੀ ਇਹਨੇ ਕਲਰ ਵਗੈਰਾ ਵੀ ਆਪਣੇ ਕਲਰ ਹੈ ਬਾਈ ਹਾਂਜੀ ਹਾਂਜੀ ਵੁਡਨ ਕਲਰ ਹੀ ਹੋਊਗਾ ਇਹਨੂੰ ਜੀ ਅੱਛਾ ਵੁਡਨ ਕਲਰ ਇਹਨੂੰ ਲੱਕੜ ਦੀ ਸ਼ੇਡ ਦਊਗਾ ਬਾਈ ਇਹ ਵੀ ਗੇਟ ਜੀ ਸ਼ੇਡ ਮਿੱਤਰੋ ਇਹਦੀ ਲੱਕੜ ਦੀ ਲੱਗੂਗੀ ਬਾਕੀ ਬਾਈ ਹੋਰਾਂ ਦੇ ਕੋਲੇ ਏ ਟੂ ਜ਼ੈਡ ਸਾਰਾ ਕੁਝ ਹੁੰਦਾ ਇਹ ਆਪ ਹੀ ਕਰ ਦਿਓ ਬਾਈ ਸਾਰਾ ਕੁਝ ਵਗੈਰਾ ਹਾਂਜੀ ਬਾਈ ਸਭ ਕੁਝ ਆਪੇ ਮੈਨੂੰ ਹਿਸਤਰੀ ਆਪੇ ਕਰਦੇ ਬਾਈ ਸਾਰਾ ਜੀ ਬਾਈ ਤੇ ਬਾਕੀ ਬਾਈ ਆ ਸਕਦੇ ਹੋ ਤੁਸੀਂ ਜੀ ਨੇ ਇਹ ਗੇਟ ਲਵਾਉਣੇ ਆ ਬਹੁਤ ਸੋਹਣੀ ਕੁਆਲਿਟੀ ਆ ਬਹੁਤ ਸੋਹਣੇ ਡਿਜ਼ਾਈਨ ਆ ਤੇ ਗਾਰੰਟੀ ਵਾਲਾ ਕੰਮ ਆ ਸਭ ਤੋਂ ਵੱਡੀ ਗੱਲ ਤੇ ਰੇਟ ਵੀ ਬਣ ਜਾਂਦਾ ਜਾਇਜ਼ ਆ ਤੇ ਹੋਰ ਗੱਲ ਪੁੱਛੋਗੇ ਤੇ ਵੱਡੇ ਸ਼ਹਿਰਾਂ ਦੇ ਵਿੱਚ ਤੁਹਾਨੂੰ ਭਟਕਣ ਦੀ ਲੋੜ ਨਹੀਂ ਕਿਉਂ ਬਈ ਬਿਲਕੁਲ ਬਈ ਬਈ ਤੇ ਇਹ ਤੁਹਾਨੂੰ ਬਰਨਾਲੇ ਦੇ ਵਿੱਚ ਹੀ ਫੈਸਿਲਿਟੀ ਮਿਲ ਜੂਗੀ ਗੂਗਲ ਦੇ ਉੱਤੇ ਸਰਚ ਵੀ ਕਰ ਸਕਦੇ
मन के चलो घर की ब्यूटी एंगेज करना तो बहुत घेंट गलबात आ, बहुत सोहने डिजाइन आ, इदू भी तगड़े तगड़े डिजाइन जेडे वीडियो के आप शो नहीं भी कर पाए वो भी मिलने। सो दब के शेयर करो। सो बहुत बहुत धन्यवाद भी। धन्यवाद।